ਦੋਸਤੋ ਰੇਡੀਓ ਚੰਨ ਪ੍ਰਦੇਸੀ ਦੀ ਮੈਂ ਅੱਜ ਰੱਤੇ ਵਾਲੇ ਸੋਹਣਗੜ੍ਹ ਪ੍ਰੈਸਰ ਮੋਹਨ ਸਿੰਘ ਆਇਆ ਹੋਇਆ ਐ ਇਹ ਹਵੇਲੀ ਪਰ ਬਹੁਤ ਵਾਰੀ ਅਸੀਂ ਵੀਡੀਓਜ਼ ਪਾਈ ਸੀ ਔਰ ਅ ਦਰਸ਼ਕਾਂ ਨੂੰ ਉਤਸੁਕਤਾ ਰਹਿੰਦੀ ਸੀ ਵੀ ਇਹ ਹਵੇਲੀ ਕਦੋਂ ਬਣੀ ਇਹਦਾ ਕੀ ਇਤਿਹਾਸ ਹੈ ਇੱਥੇ ਕੌਣ-ਕੌਣ ਰਹੇ ਤੇ ਉਹ ਸਾਨੂੰ ਸਾਰਿਆਂ ਨੂੰ ਭਲੇਖੇ ਬਣੇ ਹੋਏ ਸੀ ਸਾਨੂੰ ਜਿੰਨੀ ਇੱਕ ਇਹਦੀ ਨੌਲੇਜ ਮਿਲਦੀ ਸੀ ਥੋੜਾ ਨਾਲ ਸਾਂਝੀ ਕਰਦੇ ਰਹੇ ਅੱਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜੇ ਪਰਿਵਾਰ ਦਸਬੰਦ ਇਸ ਹਵੇਲੀ ਨਾਲ ਹੈ ਜਿਹੜੇ ठाकुर ਸਾਹਿਬ ਦਾ ਨਾਂ ਕਰਕੇ ਪਿੰਡ ਦਾ ਨਾਂ ਪਿਆ ਹੈ ਠਾਕਰ ਸੋਹਣ ਸਿੰਘ ਜੀ ਤੇ ਇਹਦਾ ਨਾਂ ਵੀ ਸੱਤੇ ਵਾਲਾ ਸੋਹਣਗੜ ਐ ਪਿਆ ਉਸੇ ਖਾਨਦਾਨ ਚੋਂ ਅੱਜ ਠਾਕਰ ਰਗੂਰਾਜ ਸਿੰਘ ਜਿਹੜੇ ਖੁਦ ਰਾਜਸਥਾਨ ਚ ਰਹਿੰਦੇ ਆ ਉਹ ਅੱਜ ਇੱਥੇ ਆਏ ਹੋਏ ਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅੱਜ ਸਾਨੂੰ ਕੁਝ ਜਾਣਕਾਰੀ ਉਹਨਾਂ ਪਾਸੋਂ ਬੜਮੁੱਲੀ ਜਾਣਕਾਰੀ ਮਿਲੇਗੀ ਮੇਰੇ ਨਾਲ ਡਾਕਟਰ ਨਿਤਨੇਮ ਸਿੰਘ ਵੀ ਆਏ ਹੋਏ ਆ ਇਸ ਤੋਂ ਇਲਾਵਾ ਇਹ ਬੱਚੇ ਨੌਜਵਾਨ ਇਹਨਾਂ ਨੇ ਵੀ ਕੋਈ ਵੀਡੀਓ ਵੇਖੀ ਹੋਣੀ ਹੈ ਜਾਂ ਕਿਤੇ ਸੁਣਿਆ ਹੋਣਾ ਇਹ ਵੀ ਆਪਦੀ ਉਤਸੁਕਤਾ ਦੂਰ ਕਰਨ ਵਾਸਤੇ ਪਤਾ ਕਰਨ ਵਾਸਤੇ ਪਤਾ ਕਰਕੇ ਅੱਜ ਹਵੇਲੀ ਦਾ ਇਹ ਵੀ ਆਏ ਸੋ ਠਾਕਰ ਸਾਹਿਬ ਤੁਹਾਡਾ ਰੇਡੀਓ ਚੈਨਲ ਪ੍ਰਦੇਸੀ ਤੇ ਬਹੁਤ ਸਵਾਗਤ ਹੈ ਤੁਸੀਂ ਇਹ ਹਵੇਲੀ ਦਾ ਸ਼ੁਰੂ ਤੋਂ ਜਦੋਂ ਇੱਥੇ ਆਏ ਠਾਕਰ ਸੋਹਣ ਸਿੰਘ ਜੀ ਉਹ ਆਏ ਪਹਿਲਾਂ ਸਭ ਤੋਂ ਇਹ ਤਾਂ ਥੋੜਾ ਜਿਹਾ ਇਤਿਹਾਸ ਦੱਸੋ ਸ਼ੁਰੂ ਤੋਂ ਜਦੋਂ ਇਹ ਜਦੋਂ ਇਹ ਬਣਦੀ ਹੈ 1883 ਦੇ ਵਿੱਚ ਇਹ ਪਿੰਡ ਸੋਹਣ ਸਿੰਘ ਜੀ ਨੇ ਖਰੀਦਿਆ ਜੀ ਠੀਕ ਹੈ ਜੀ ਤੇ 1901 ਦੇ ਵਿੱਚ ਇੱਥੇ ਰੈਸ਼ ਲਿਆ ਹੂੰ ਤੇ ਇੱਥੇ ਠਾਕਰ ਸੋਹਣ ਸਿੰਘ ਜੀ ਦੀ ਡੈਥ 1933 ਦੇ ਵਿੱਚ ਹੋਈ ਜੀ ਅੱਛਾ ਅੱਛਾ ਉਹਨਾਂ ਦੇ ਚਾਰ ਲੜਕੇ ਤੇ ਇੱਕ ਲੜਕੀ ਸੀ ਹੂੰ ਅ ਦੋ ਲੜਕੀਆਂ ਹੂੰ ਸੋਹਣ ਸਿੰਘ ਜੀ ਨੇ ਚਾਰ ਵਿਆਹ ਕੀਤੇ ਸੀ ਹੂੰ ਪਹਿਲੇ ਵਿਆਹ ਦੇ ਵਿੱਚੋਂ ਇੱਕ ਲੜਕਾ ਹੋਇਆ ਠਾਕਰ ਮਾਧੋ ਸਿੰਘ ਹੂੰ 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 ਉਹ ਮੇਨ ਠਾਕਰ ਇੱਥੋਂ ਦੇ ਹੂੰ 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 ਦੂਸਰੇ ਉਹਨਾਂ ਦੇ ਮਦਰ ਗੁਜਰਗੇ ਹੂੰ ਦੂਸਰੇ ਵਿਆਹ ਦੇ ਵਿੱਚੋਂ ਇੱਕ ਲੜਕੀ ਹੋਈ ਤੇ ਉਹ ਵੀ ਗੁਜਰਗੇ ਹੂੰ ਫਿਰ ਪੰਡਤਾਂ ਨੇ ਵਹਿਮ ਪਾਤਾ ਕਿ ਵੀ ਤੁਹਾਡੇ ਚਾਰ ਵਿਆਹ ਹੋਣਗੇ ਹੂੰ ਹੋਰ ਕਰਾਉ ਵਿਆਹ ਤੇ ਤੁਸੀਂ ਜਿਹੜੇ ਹੈਗੇ ਇੱਕ ਵਿਆਹ ਚਿੜੀ ਨਾਲ ਕਰੋ ਜੀ ਮਾਈ ਗॉड ਓਹੋ ਅੱਛਾ ਉਹਨਾਂ ਨੇ ਫਿਰ ਪੂਰੇ ਰੀਤੀ ਰਿਵਾਜ ਨਾਲ ਹਮ ਇੱਥੇ ਚਿੜੀ ਨਾਲ ਵਿਆਹ ਕੀਤਾ ਉਹਨੂੰ ਪਿੰਜਰੇ 'ਚ ਤਾੜ ਕੇ ਅੱਛਾ ਤੇ ਵਿਆਹ ਪੂਰਾ ਜਦੋਂ ਹੋਇਆ ਉਸ ਤੋਂ ਬਾਅਦ ਉਹ ਚਿੜੀ ਪਿੰਜਰੇ 'ਚ ਹੀ ਮਰ ਗਈ ਅੱਛਾ ਅੱਛਾ ਤੇ ਚੌਥਾ ਵਿਆਹ ਫਿਰ ਉਹਨਾਂ ਨੇ ਜੋਧਪੁਰ ਦੇ ਕੋਲੇ ਕੋਲੂ ਪਿੰਡ ਹੈ ਜੀ ਹਮ ਉੱਥੇ ਕੀਤਾ ਜੀ ਹਮ ਉਹਦੇ ਵਿੱਚੋਂ ਤਿੰਨ ਲੜਕੇ ਤੇ ਇੱਕ ਲੜਕੀ ਹੋਈ ਹਮ ਤਿੰਨ ਲੜਕੇ ਠਾਕੁਰ ਅਰਜਨ ਸਿੰਘ ਹਾਂਜੀ ਠਾਕਰ ਮੰਗਲ ਸਿੰਘ ਤੇ ਠਾਕਰ ਹਮੀਰ ਸਿੰਘ ਹੂੰ ਤੇ ਇਹ ਚਾਰੇ ਮੁੰਡੇ ਇਹਨਾਂ ਦੇ ਲਾਹੌਰ ਹੀ ਪੜ੍ਹੇ ਆ ਜੀ ਹੂੰ ਤੇ ਗ੍ਰੈਜੂਏਸ਼ਨ ਵੀ ਇਹਨਾਂ ਨੇ ਲਾਹੌਰਾਂ ਹੀ ਕੀਤੀ ਸੀ ਹੂੰ ਮਗਰੋਂ 1833 ਦੇ ਵਿੱਚ ਜਦੋਂ ਠਾਕਰ ਸੋਹਣ ਸਿੰਘ ਜੀ ਗੁਜਰੇ ਆ ਹੂੰ ਤੇ ਇਸੇ ਥੜੇ ਤੇ ਇੱਥੇ ਪੰਚਾਇਤ ਇਕੱਠੀ ਹੋਈ ਅੱਛਾ ਸਾਲ ਬਾਅਦ ਅੱਛਾ ਵੀ ਸ਼ੋਕ ਪੰਘਾਈ ਕਹਿੰਦੇ ਆ ਕਿ ਵੀ ਜਿਹੜੀ ਮਰਤੂ ਹੋ ਜਾਂਦੀ ਆ ਉਹਦੇ 1 ਸਾਲ ਉਦੋਂ ਪੁਰਾਣੇ ਜ਼ਮਾਨੇ 'ਚ ਹਮ ਸ਼ੋਕ ਰੱਖਦੇ ਹੁੰਦੇ ਸੀ ਅੱਛਾ ਤੇ ਉਹ ਸ਼ੋਕ ਪੰਘਾਈ ਦੇ ਵਿੱਚ ਸਾਡੇ ਰਿਵਾਜ ਸੀਗਾ ਕਿ ਵੀ दारू ਦਾ ਪਿਆਲਾ ਹਮ ਤੇ ਜੁਆਈ ਜਿਹੜਾ ਹੈਗਾ ਉਹ ਕਿਲੋ ਡੂਡ ਕਿਲੋ ਮੀਟਰ ਲਿਆ ਕੇ ਹਮ ਉਹਦੀ ਤਰਫੋਂ ਬਣਦਾ ਸੀ ਤੇ ਉਹ ਹੀ ਪਿਆਲਾ ਸਭ ਨੂੰ ਪਿਉਂਦਾ ਸੀ ਵੀ ਅੱਜ ਤੋਂ ਬਾਅਦ ਸਭ ਖੁਸ਼ੀ ਗਮੀ ਦੇ ਵਿੱਚ ਜਾ ਆ ਜਾ ਸਕਦਾ ਹੁਣ ਸੋਗ ਕਰ ਲਿਆ ਹਾਂਜੀ ਹੁਣ ਖੁਸ਼ੀ ਦਾ ਸ਼ੁਰੂ ਕਰ ਲੋ ਕੰਮ ਖੁਸ਼ੀ ਦਾ ਸ਼ੁਰੂ ਕਰ ਲੋ ਅੱਛਾ ਉਦੋਂ ਫਿਰ ਸ਼ੁਰੂ ਹੁੰਦੇ ਸੀਗੇ ਅੱਛਾ ਅੱਛਾ ਤੇ ਉਦੋਂ ਹੀ ਫਿਰ ਮਾਧੋ ਸਿੰਘ ਜੀ ਨੇ ਕਿਹਾ ਹੂੰ ਕਬੀ ਜਾਇਦਾਦ ਵੀ ਵੰਡ ਲਈਏ ਹੂੰ ਉਹਨਾਂ ਨੇ ਅਰਜਨ ਸਿੰਘ ਜੀ ਤੇ ਮੰਗਲ ਸਿੰਘ ਜੀ ਨੇ ਇਹਨਾਂ ਨੇ ਕਿਹਾ ਜੀ ਠੀਕ ਹੈ ਵੰਡ ਲੋ ਹੂੰ ਕਹਿੰਦੇ ਵੀ ਬਜ਼ੁਰਗ ਜਿਹੜੇ ਐ ਮੈਨੂੰ 12 ਨੇ ਤੇ ਚਵਾਨੀ ਥੋੜਨੀ ਹੂੰ ਦੇਣੀ ਕਰ ਗਏ ਹੂੰ ਤੇ ਇਹਨਾਂ ਦੇ ਦਾ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੂੰ ਇਹਨਾਂ ਨੇ ਅਰਜਨ ਸਿੰਘ ਜੀ ਨੇ ਕਿਹਾ ਕਿ ਵੀ ਇੱਕ ਵਸੀਤ ਸਾਨੂੰ ਵੀ ਦਿੱਤੀ ਆ ਹੂੰ ਕਿ ਵੀ ਚਾਰੇ ਭਰਾ ਬਰਾਬਰ ਦੇ ਹਿੱਸੇਦਾਰ ਸਾਰੀ ਜਾਇਦਾਦ ਦੇ ਵਿੱਚ ਉਹ ਜ਼ੁਬਾਨੀ ਕਲਾਮੀ ਗੱਲ ਤੇ ਆ ਗਏ ਨਹੀਂ ਜੀ ਦੋ ਦੋ ਵਿਰਾਸਤਾਂ ਹੀ ਦਿੱਤੀਆਂ ਅੱਛਾ ਦੋ ਦਿੱਤੀਆਂ ਹਾਂਜੀ ਹੂੰ ਬਸ ਉਹ ਗਲਤੀ ਤਾਂ ਸਾਰੀ ਉੱਥੋਂ ਹੀ ਹੋਈ ਐ ਇਸ ਹਵੇਲੀ 'ਚ ਹੂੰ ਉਹਨਾਂ ਨੇ ਇੱਕ ਵੱਡੇ ਮੁੰਡੇ ਨੂੰ ਦੇਤੀ ਵੀ ਤੂੰ 12 ਨਿਆਂ 'ਚ ਤੇ ਛੋਟੇ ਤਿੰਨੇ ਮੁੰਡੇ ਚਵਾਨੀ 'ਚ ਹੂੰ ਤੇ ਛੋਟਿਆਂ ਨੂੰ ਦੇਤੀ ਕਿ ਵੀ ਤੁਸੀਂ ਚਾਰੇ ਭਰਾ ਬਰੋਬਰ ਹੂੰ ਤੇ ਉਹ ਮਾਧਵ ਸਿੰਘ ਜੀ ਕਹਿਣ ਲੱਗੇ ਕਿ ਵੀ ਲਿਆਓ ਹੂੰ ਪੜੀਏ ਹੂੰ ਉਹ ਅਰਜਨ ਸਿੰਘ ਜੀ ਉੱਠ ਕੇ ਉਧਰ ਗਏ ਤੇ ਅੰਦਰੋਂ ਮੰਗਾਈ ਕਿ ਵੀ ਉਹ ਵਿਰਾਸਤ ਕੱਲੋ ਹੂੰ ਵਰਾਸ ਲੈ ਕੇ ਆਏ ਤੇ ਜਦੋਂ ਪੜਨ ਲੱਗੇ ਹਮ ਜਿਹੜੀ ਇਹਨਾਂ ਦੀ ਵੱਡੀ ਭੈਣ ਦਾ ਭਨੋਈਆ ਸੀ ਜਿਹਨੇ ਸ਼ੋਕ ਭੰਗਾਈ ਕੀਤੀ ਸੀ ਹਮ ਉਹ ਕਹਿੰਦਾ ਜੀ ਮੈਨੂੰ ਵਿਖਾਓ ਹਮ ਉਹਨਾਂ ਨੂੰ ਦਿੱਤੀ ਪੜਨ ਨੂੰ ਤੇ ਉਹਨਾਂ ਨੇ ਪੜ ਕੇ ਤੇ ਮੂੰਹ ਚ ਪਾ ਲਈ ਅੱਛਾ ਉਹ ਮੁੱਦਾ ਖਤਮ ਹੋ ਗਿਆ ਉੱਥੇ ਓਹੋ ਲੜਾਈ ਉੱਥੋਂ ਚਾਲੂ ਹੋ ਗਈ ਸਨ ਜਿਵੇਂ ਜਿਵੇਂ ਉਹ ਨਕਲ ਮਾਰਨ ਵਾਲਾ ਮੁੰਡਾ ਕਈ ਵਾਰੀ ਨਕਲ ਆ ਕਾਗਜ਼ ਖਾ ਜਾਂਦਾ ਕਾਗਜ਼ ਖਾ ਜਾਂਦਾ ਜੀ ਬਸ ਅੱਛਾ ਉੱਥੋਂ ਲੜਾਈ ਇਹਨਾਂ ਦੀ ਸਾਡੇ ਤੋਂ ਮੋੜ ਵੱਜ ਗਿਆ ਮੋੜ ਵੱਜ ਗਿਆ ਜੀ ਇਹਦਾ ਇਹਦਾ ਡਿਵਾਸਟੇਸ਼ਨ ਹਾਂਜੀ ਉਹ ਪੰਚਾਇਤ ਉੱਠ ਗਈ ਉਥੋਂ ਹਾਂ ਆ ਮਤਲਬ ਰਣਜੀਤਗੜ ਵਾਲੇ ਛੋਡੀ ਵੱਡੇ ਵੱਡੇ ਸਰਦਾਰ ਨੇੜੇ ਦੇ ਬੈਠੇ ਸੀ ਬੈਠੇ ਸੀਗੇ ਉਹ ਸਾਰੇ ਚੁੱਪ ਕਰਕੇ ਚਲੇ ਗਏ ਹਾਂ ਤੇ ਇਹ ਖੈਰ ਇਹਨਾਂ ਨੂੰ ਦੋ ਪਿੰਡ ਦਿੱਤੇ ਸੀ ਲੋਗੜ ਤੇ ਕਾਕੂ ਵਾਲਾ ਤਿੰਨੇ ਭਰਾਵਾਂ ਨੂੰ ਹਾਂ ਇੱਥੇ ਸੋਨਗੜ ਦੇ ਵਿੱਚ ਕੋਈ ਵੰਡ ਨਹੀਂ ਸੀ ਤਿੰਨੇ ਭਰਾਵਾਂ ਦੀ ਹਾਂ ਇੱਥੇ ਕਿੰਨੀ ਜਮੀਨ ਸੀ ਠਾਕੁਰਾ ਦੇ 3400 ਕਿੱਲਾ ਸੀ ਜੀ ਅੱਛਾ ਔਰ ਪਿੰਡ ਕਿੰਨੇ ਦੇ ਸੀ ਨਹੀਂ ਇਹ ਇਕੱਲਾ ਹੀ ਪਿੰਡ ਸੀ ਅੱਛਾ ਅੱਛਾ 3400 ਕਿੱਲਾ 3400 ਕਿੱਲਾ ਇੱਥੇ ਅੱਛਾ ਮੈਂ ਵਿੱਚੋਂ ਦਰਸ਼ਕਾਂ ਨੂੰ ਦੱਸਣਾ ਭੁੱਲ ਗਿਆ ਤੁਸੀਂ ਠਾਕੁਰ ਸਾਹਿਬ ਦੀ ਕਿੰਵੀਂ ਪੀੜ੍ਹੀ ਚੋਂ ਮੈਂ ਹਮੀਰ ਸਿੰਘ ਜੀ ਦੀ ਹਾਂ ਪੋਤਰਾਂ ਜੀ ਵੱਡਾ ਅੱਛਾ ਹਸਾ ਹਮਿੰਦਰ ਸਿੰਘ ਜਿਹੜੇ ਇੱਥੇ ਲਾਸਟ ਹੋਏ ਲਾਸਟ ਹੋਏ ਉਹਨਾਂ ਦਾ ਕਤਲ ਇੱਥੇ ਹੀ ਹੋਇਆ ਹਾਂ 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 ਔਰ ਬੜੇ ਧੋਖੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹਾਂਜੀ ਹਾਂਜੀ ਔਰ ਸਾਨੂੰ ਪਤਾ ਲੱਗਿਆ ਸੀ ਵੀ ਕੋਈ ਵੀ ਠਾਕਰ ਕਿਸੇ ਔਰਤ ਦੇ ਹੱਥ ਨਹੀਂ ਸੀ ਚੁੱਕਦਾ ਹਾਂਜੀ ਉਹ ਜਿੰਨੇ ਕਾਤਲ ਸੀ ਉਹ ਔਰਤਾਂ ਦੇ ਪੇਸ ਚ ਆ ਕੇ ਹਥਿਆਰ ਛੁਪਾ ਕੇ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਔਰ ਉਹਨਾਂ ਦੇ ਚਿੱਤੇ ਚਿੱਤੇ ਵੀ ਨਹੀਂ ਸੀ ਵੀ ਮੇਰੇ ਦੁਸ਼ਮਣ ਆਓ ਤਾਂ ਇਹ ਕਹਿੰਦੇ ਰੇ ਵੀ ਬੁੜੀਆਂ ਬੁੜੀਆਂ ਇੱਕ ਪਾਸੇ ਹੋ ਜਾਓ ਮੈਨੂੰ ਬੰਦਿਆਂ ਨਾਲ ਗੱਲ ਕਰਨ ਦਿਓ ਅੱਛਾ ਤੇ ਉਹ ਇੱਕ ਬੁੜੀ ਜਿਹੜਾ ਬੰਦਾ ਲੀੜੇ ਪਾਏ ਹੋਏ ਸੀ ਉਹਨੇ ਆ ਕੇ ਜੱਫੀ ਪਾ ਲਈ ਦੂਜੇ ਨੇ ਕੰਡਾ ਸਾ ਮਾਰਿਆ ਮਾਈ ਗੋਡ ਅੱਛਾ ਇਹ 2200 ਬੰਦੇ ਸੀ ਜੀ ਹੂੰ ਹੂੰ ਉਹਦਾ ਨਕਸਲਵਾਦ ਦੀ ਲਹਿਰ ਸੀਗੀ ਜੀ ਉਹ ਉਹਦੇ ਵਿੱਚ ਇਕੱਠੇ ਹੋਏ ਸੀ ਹੂੰ ਬੰਦੇ ਬਾਹਰ ਲਏ ਸੀਗੇ ਹੂੰ ਕੁਝ ਪਿੰਡ ਦੇ ਵੀ ਸੀ ਆਹ ਸ਼ਹਿਰ ਤਾਂ ਹੁੰਦੀ ਹੈ ਨਾ ਠੀਕ ਹੈ ਤੁਸੀਂ ਇਹ ਜਦੋਂ ਹਮੀਰ ਸਿੰਘ ਹਰੀ ਹੋਏ ਉਦੋਂ ਤੁਹਾਡੇ ਪਿਤਾ ਜੀ ਵੀ ਛੋਟੀ ਉਮਰ ਦੇ ਹੀ ਹੋਣੇ ਹੈ ਨਹੀਂ ਜੀ ਪਿਤਾ ਜੀ ਮੈਂ ਉਦੋਂ 13 ਸਾਲ ਦਾ ਸੀ ਜਦੋਂ ਇਹ ਕਤਲ ਹੋਇਆ ਹਾਂਜੀ ਅੱਛਾ ਤੇ ਤੁਸੀਂ ਉਦੋਂ ਇਸ ਹਵੇਲੀ 'ਚ ਹਾਜ਼ਰ ਸੋ ਨਹੀਂ ਮੈਂ ਇੱਥੇ ਨਹੀਂ ਸੀ ਤਾਂ ਪੜ੍ਹਦੇ ਸੀ ਅਜਮੇਰ ਸੀਗੇ ਉਦੋਂ ਅੱਛਾ ਜਮੇਰ ਤੋਂ ਹਾਂਜੀ ਮੈਂ 68 ਤੱਕ ਤਾਂ ਪੜਿਆ ਆਪਣੇ ਫਿਰੋਜ਼ਪੁਰ ਡੀਸੀ ਮਾਡਲ 'ਚ ਠੀਕ ਹੈ ਫਿਰ ਮਿਲਟਰੀ ਸਕੂਲ ਅਜਮੇਰ ਚ ਚਲਾ ਗਿਆ ਸੀ ਹਾਂ ਇਹ ਰਗਰਾਜ ਸਿੰਘ ਜੀ ਫਿਰ ਜਦੋਂ ਇਹ ਠਾਕਰ ਸਾਹਿਬ ਦਾ ਠਾਕਰ ਹਮੀਰ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਫਿਰ ਇਸ ਹਵੇਲੀ ਚੋਂ ਸਮਝੋ ਵਾਸਾ ਖਤਮ ਹੋ ਗਿਆ ਵਾਸਾ ਜੀ ਸਨ 47 ਤੋਂ 1 ਸਾਲ ਪਹਿਲਾਂ ਹੀ ਇੱਥੋਂ ਠਾਕਰ ਅਰਜਨ ਸਿੰਘ ਜੀ ਸਨ 40 ਚੌਨਰੀ ਮੈਜਿਸਟ੍ਰੇਟ ਬਣ ਗਏ ਸੀ ਅੱਛਾ ਅੰਗਰੇਜ਼ਾਂ ਦੇ ਫਿਰੋਜ਼ਪੁਰ ਆਏ ਆ ਫਿਰੋਜ਼ਪੁਰ ਜੀ ਹਾਂ ਏ ਆਪਣੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਪੰਜ ਸੀਗੇ ਜੀ ਇੱਕ ਤਾਂ ਆ ਸੋਢੀ ਗੁਰੂ ਅਰਸਾਏ ਵਾਲੇ ਹਮ ਇੱਕ ਸੋਢੀ ਗੁਰਨਾਮ ਸਿੰਘ ਕੇ ਹਰਨਾਮ ਸਿੰਘ ਸੋਢੀ ਨਗਰ ਦੇ ਫਿਰੋਜ਼ਪੁਰ ਦੇ ਕੋਲ ਨੇ ਉਹਦਾ ਪੁਰਾਣਾ ਨਾਮ ਸੁਲਤਾਨ ਸੁਲਤਾਨ ਖਾਨ ਹਮ ਇੱਕ ਠਾਕਰ ਅਰਜਨ ਸਿੰਘ ਇੱਕ ਮਮਦੋਟ ਨਵਾਬ ਅੱਛਾ ਠੀਕ ਹੈ ਉਹ ਹੁਣ ਪਾਕਿਸਤਾਨ ਚਲੇ ਗਏ ਠੀਕ ਹੈ ਜੀ ਉਹਨਾਂ ਦੀ ਲੜਕੀ ਪੋਤਰੀ ਉਥੇ ਐਮਪੀ ਹੈਗੀ ਆ ਕਸੂਰ ਤੋਂ ਹਮ ਹਮ ਇੱਕ ਹੋਰ ਸੀਗੇ ਇਧਰ ਫਾਜਲ ਕਾ ਸਾਈਡ ਚੋਂ ਉਹਨਾਂ ਦਾ ਨਾਂ ਨਹੀਂ ਪਤਾ ਹੂੰ ਤੇ ਫੋਟੋ ਮੈਂ ਵੇਖੀ ਹੈ ਸਾਡੇ ਤਾਇਆ ਜੀ ਦੇ ਘਰੇ ਲੱਗੀ ਹੈ ਇਹ ਫਿਰ ਤੁਸੀਂ ਹਰਿਆਣਾ ਦੇ ਰਾਜਸਥਾਨ ਦੇ ਵਿੱਚ ਤੁਸੀਂ ਇੱਥੋਂ ਸਮਝ ਲਓ ਚਲੇ ਗਏ ਨਹੀਂ ਜੀ ਹਰਿਆਣਾ ਚ ਦੋ ਪਿੰਡ ਸੀਗੇ ਤੇ ਫਿਰ ਓਟੂ ਦੇ ਵਿੱਚ 500 ਕਿੱਲਾ ਖਰੀਦਿਆ ਸੀ ਦਾਦਾ ਜੀ ਨੇ ਅੱਛਾ ਇਹ ਤਿੰਨੇ ਭਰਾਵਾਂ ਨੇ ਅੱਛਾ ਇਹ ਫਿਕ ਪੈ ਗਿਆ ਇਹਨਾਂ ਚ ਇਹ ਤਿੰਨ ਫਿਰ ਇੱਕ ਸਾਈਡ ਚ ਹੋ ਗਏ ਤੇ ਉਹ ਬਸ ਉਹ ਜਿਹੜੀ ਵੱਡੇ ਬਿੱਲ ਦਾ ਦਾ ਪੈ ਗਿਆ ਨਾ ਚੱਕਰ ਤੇ ਹਾਂਜੀ ਫਿਰ ਮਾਦੋਦ ਸਿੰਘ ਜੀ ਨੇ ਇੱਥੇ 600 ਕਿੱਲਾ ਸਾਨੂੰ ਦਿੱਤਾ ਜੀ ਸਾਡੇ ਬਜ਼ੁਰਗਾਂ ਨੂੰ ਹੂੰ ਤਿੰਨੇ ਭਰਾਵਾਂ ਨੂੰ 600 ਕਿੱਲਾ ਹੂੰ ਤੇ ਆ ਹਵੇਲੀ ਅੱਧੀ ਜੀ ਹੂੰ ਉਹਨਾਂ ਨੂੰ ਦੇਤੀ ਵੀ ਤੁਸੀਂ ਆ ਰੱਖੋ ਹੂੰ ਹੂੰ ਤੇ ਫੈਸਲਾ ਇਹ ਹੋਇਆ ਕਿ ਵੀ ਇੱਕ ਇੱਕ ਲੱਖ ਰੁਪਈਆ ਮੈਂ ਤੁਹਾਨੂੰ ਕੈਸ਼ ਦੇਵਾਂਗਾ ਹੂੰ ਉਹਨਾਂ ਦੇਣਾ ਚ ਲੱਖ ਰੁਪਏ ਬਹੁਤ ਸੀ ਲੱਖ ਰੁਪਈਆ ਬਹੁਤ ਸੀਗਾ ਜੀ ਤੇ ਅਰਜਨ ਸਿੰਘ ਜੀ ਨੂੰ ਤਾਂ ਉਹਨਾਂ ਨੇ ਦੇਤਾ ਸੀਗਾ ਜੀ ਹੂੰ ਅ 50 52 53 ਚ ਹੂੰ ਤੇ ਇਹਨਾਂ ਦੋਵਾਂ ਭਰਾਵਾਂ ਨੂੰ ਨਹੀਂ ਦਿੱਤਾ ਜੀ ਅੱਛਾ ਅੱਛਾ ਇਹ ਸਨ 46 ਦੇ ਵਿੱਚ ਮੰਗਲ ਸਿੰਘ ਜੀ ਇੱਥੇ ਰਹਿ ਗਏ ਹੂੰ ਤੇ ਅਰਜਨ ਸਿੰਘ ਜੀ ਤੇ ਹਮੀਰ ਸਿੰਘ ਜੀ ਕਾਕੂ ਵਾਲੇ ਚਲੇ ਗਏ ਅੱਛਾ ਰਾਜਸਥਾਨ ਜੀ ਨਹੀਂ ਜੀ ਇੱਥੇ ਫਿਰੋਜ਼ਪੁਰ ਫਿਰੋਜ਼ਪੁਰ ਅੱਛਾ ਅਰਜਨ ਸਿੰਘ ਜੀ ਤਾਂ ਲੋਗੜ ਚਲੇ ਗਏ ਤੇ ਹਮੀਰ ਸਿੰਘ ਜੀ ਕਾਕੂ ਵਾਲੇ ਚਲੇ ਗਏ ਇਹ ਫਿਰ ਠਾਕਰਾ ਦੀ ਇਹ ਸਵੇਲੀ ਤੋਂ ਬਿਨਾ ਵੀ ਪੰਜਾਬ ਚ ਕੋਈ ਹਵੇਲੀ ਹੈ ਹਵੇਲੀ ਜਿਵੇਂ ਕਾਕੂ ਵਾਲੇ ਚਲੇ ਗਏ ਜਾਂ ਹੋਰ ਉੱਥੇ ਕੋਈ ਹਵੇਲੀ ਇਸ ਤਰ੍ਹਾਂ ਦੀ ਬਣਾਈ ਨਹੀਂ 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 ਅੱਛਾ ਉਹ ਟੈਂਪਰੇਰੀ ਮਕਾਨ ਸੀਗੇ ਵੇਚਦੇ ਉਹ ਅੱਛਾ ਠਾਕ ਸਾਹਿਬ ਇਹ ਹੁਣ ਆ ਜਿਹੜੀ ਹਵੇਲੀ ਹੈ ਇਹ ਤਕਰੀਬਨ ਮੈਂ ਸੁਣਿਆ ਸੀ ਵੀ ਅਠਾ ਕਿੱਲਿਆਂ ਦੇ ਵਿੱਚ ਇਹ ਹੈ ਕਿ ਇਹ ਜੀ 6 ਕਿੱਲੇ ਆ। ਅੱਛਾ 6 ਕਿੱਲੇ ਆ। 6 ਕਿੱਲੇ ਆ। ਹੁਣ ਇਸ ਸਮੇਂ ਇਹ 6 ਕਿੱਲਿਆਂ ਦੀ ਜਿਹੜੀ ਸਾਰੀ ਹਵੇਲੀ ਹੈ ਇਹਦੀ ਮਲਕੀਅਤ ਕਿੰਨੇ ਕੁ ਲੋਕਾਂ ਦੀ ਹੈ? ਕਿੰਨੇ ਕੁ ਪਰਿਵਾਰਾਂ ਦੀ ਹੈ? ਇਹ ਮਲਕੀਅਤ ਹੈ ਜੀ ਦੋ ਮੇਰੇ ਤਾਇਆ ਜੀ ਆ। ਹੂੰ। ਦੋ ਮੇਰੇ ਚਾਚਾ ਜੀ ਤੇ ਇੱਕ ਫਾਦਰ। ਉਹਨਾਂ ਦੀ ਅੱਧੀ ਅੱਛਾ ਤੇ ਅੱਧੀ ਦੇ ਵਿੱਚ ਹੈਗੇ ਆ ਬਲਵੰਤ ਸਿੰਘ ਜੀ ਦੇ ਸੱਤ ਮੁੰਡੇ ਅੱਛਾ ਉਹਨਾਂ ਦੀ ਮਤਲਬ ਇਹ ਸਾਰੇ ਨਾਲ ਮਿਲ ਕੇ 35-40 ਜਣੇ ਬਣ ਜਾਂਦੇ ਹੋਣੇ ਆ 43 ਕੇ 45 ਹੈ ਜੀ ਸਾਰੇ ਔਰ ਇਹਹੀ ਇਹਦੇ ਵਿੱਚ ਇਹਦੀ ਡਿਵੈਲਪਮੈਂਟ ਜੜੀ ਕਾ ਬਣ ਰਹਾ ਕਿਉਂਕਿ ਸਾਂਝੇ ਬਾਬੇ ਨੂੰ ਕੋਈ ਰੋਂਦਾ ਨਹੀਂ ਫਿਰ ਨਹੀਂ ਤਿਆਰ ਤਾਂ ਹੋਏ ਆ ਜੀ ਹਾਂ ਮਤਲਬ ਇੱਕਤਾਇਆ ਜੀ ਦੇ ਲੜਕੇ ਤਿਆਰ ਅੱਛਾ ਇਹ ਇਹਨੂੰ ਸੰਭਾਲਣ ਲਈ ਇਹਨੂੰ ਹਾਂ ਦੁਬਾਰੇ ਤਿਆਰ ਕਰਨ ਨੂੰ ਅੱਛਾ ਅੱਛਾ ਤੇ ਇੱਕ ਚਾਚਾ ਜੀ ਤਾਂ ਛੱਡ ਗਏ ਮੈਨੂੰ ਇੱਕ ਵੀ ਜਿਵੇਂ ਰਗਰਾਜ ਸਿੰਘ ਕਰੂਗਾ ਉਹ ਮੈਂ ਠੀਕ ਹੈ ਠੀਕ ਹੈ ਤੇ ਇੱਕ ਛੋਟੇ ਚਾਚਾ ਜੀ ਅਜੇ ਇਨਬਿਟ ਵੀਨ ਹੈਗੇ ਕਦੇ ਤਾਂ ਕਹਿੰਦੇ ਆ ਵੀ ਮੈਨੂੰ ਪੈਸੇ ਦੇ ਦਿਓ ਹਾਂ ਹਾਂ ਕਦੇ ਕਹਿੰਦੇ ਆ ਵੀ ਮੈਂ ਛੱਡੀ ਤੇ ਇੱਕ ਤਾਇਆ ਜੀ ਪੈਸੇ ਭਾਲਦੇ ਆ ਔਰ ਠਾਕਰ ਸਾਹਿਬ ਇਹ ਮੈਨੂੰ ਇਹ ਲੱਗਦਾ ਵੀ ਇਹਦੀ ਰਿਪੇਅਰ ਤੇ ਵੀ ਕੋਈ ਆਪਾਂ ਜੇ ਅੰਦਾਜ਼ਾ ਨਹੀਂ ਲਾ ਸਕਦੇ ਵੀ ਕਿੰਨਾ ਖਰਚਾ ਆਵੇ ਹੋ ਸਕਦਾ ਕੋਈ 20 ਲੱਖ ਹੀ ਲੱਗ ਜੇ ਇਸ ਗੇੜ ਚ ਪੈਸਾ ਲੱਗ ਜੇ ਕਿਉਂਕਿ ਇਹਦੀ ਸ਼ਾਨ ਬਰਕਰਾਰ ਕਰਾਉਣ ਲਈ ਇਹਦੀਆਂ ਸਾਰੀਆਂ ਛੱਤਾਂ ਡਿੱਗ ਚੁੱਕੀਆਂ ਬਹੁਤ ਸਾਰੀਆਂ ਛੱਤਾਂ ਲੱਕੜ ਦੀਆਂ ਉਹ ਸਾਰੀਆਂ ਰਿਮੂਵ ਹੋਣਗੀਆਂ ਉਹ ਖਾਧੀਆਂ ਪਈਆਂ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਇਹ ਮੈਂ ਇਹ ਵੀ ਦੱਸਦਾ ਜੀ ਤੁਹਾਨੂੰ ਕਿ ਵੀ ਸਾਨੂੰ ਬਚਪਨ ਤੋਂ ਲੈ ਕੇ ਤੇ 2000 ਤੱਕ ਇੰਨਾ ਕੀ ਪਤਾ ਸੀ ਵੀ ਸੋਨਗੜ ਆਪਣਾ ਪਿੰਡ ਹੈ। ਅੱਛਾ ਹਾਂਜੀ। ਸਾਡੇ ਪਿਓ ਨੇ ਚਾਚੇ ਨੇ ਸਾਨੂੰ ਕੁਝ ਨਹੀਂ ਦੱਸਿਆ। ਕਿ ਵੀ ਸੋਨਗੜ ਦੇ ਵਿੱਚ ਵੀ ਆਪਣੀ ਜ਼ਮੀਨ ਹੈਗੀ ਆ ਕੰਨੀ ਇਸ ਸਹਾਰਦਾਰ ਹੈ ਕਿ ਨਹੀਂ। ਅੱਛਾ ਅੱਛਾ ਇਹ ਸਭ ਇੱਕ ਕਿਸਮ ਦਾ ਭੇਦ ਹੀ ਬਣਿਆ ਹੋਇਆ ਸੀ। ਨਹੀਂ ਉਹ ਇੱਥੇ ਦਾਦਾ ਜੀ ਦਾ ਮਰਡਰ ਹੋ ਗਿਆ ਸੀ ਨਾ ਜੀ। ਹੂੰ। ਇਸ ਕਰਕੇ ਕਿ ਵੀ ਅੱਗੇ ਆਪਣੀਆਂ ਪੀੜੀਆਂ ਜਿਹੜੀਆਂ ਹੈਗੀਆਂ ਉਹ ਨਾ ਉਜੜਨ ਇੱਥੇ ਤੱਕ ਹੀ ਕੰਮ ਖਤਮ ਹੋ ਜੇ ਇਹ ਤਾਂ ਹੁਣ ਜੇ ਤੁਹਾਨੂੰ ਮੈਂ ਸਾਰੀ ਹਿਸਟਰੀ ਸੁਣਾਵਾਂ ਨੀ ਤਾਂ ਕਤਲ ਦਾ ਬਦਲਾ ਲੈਣ ਨੂੰ ਪੂਰਾ ਪਲਾਨ ਬਣ ਗਿਆ ਸੀ ਹਾਂ ਹਾਂ ਔਰ ਫਿਰ ਉਹ ਨੈਵਰ ਐਂਡਿੰਗ ਲਾਈਨ ਹੋ ਜਾਂਦੀ ਪਤਾ ਨਹੀਂ ਤੁਹਾਡੇ ਕਿੰਨੇ ਕ ਬੰਦੇ ਮਰਦੇ ਕੀ ਕੁਛ ਹੁੰਦਾ ਤੇ ਇਹ ਕੋਈ ਮਾਰਨਾ ਮਰੋਣਾ ਜਿਹੜਾ ਇਹ ਕੋਈ ਇਹਦਾ ਇਹਦਾ ਕੋਈ ਹੱਲ ਨਹੀਂ ਹੱਲ ਨਹੀਂ ਹੈ ਕੋਈ ਹਾਂਜੀ ਤੇ 2000 ਦੇ ਵਿੱਚ ਇਹ ਅੱਧੀ ਹਵੇਲੀ ਸਾਡੇ ਤਾਇਆ ਜੀ ਦੇ ਲੜਕਿਆਂ ਨੇ ਵੇਚਤੀ ਸੀ ਹੇਰਾਂ ਨੂੰ ਅੱਛਾ ਤੇ ਆ ਮੁੰਡਾ ਬੈਠਾ ਸੀ ਨਾ ਮੇਰੇ ਕੋਲੇ ਹੁਣੇ ਹੂੰ ਹੂੰ ਇਹਦੇ ਫਾਦਰ ਉੱਥੇ ਆਏ ਬੂੰਦੀ ਹੂੰ ਮੇਰੇ ਫਾਦਰ ਕੋਲੇ ਤੇ ਕਹਿਣ ਲੱਗੇ ਕਿ ਜੀ ਤੁਸੀਂ ਚਲੋ ਤੇ ਹਵੇਲੀ ਖਾਲੀ ਕਰਾ ਕੇ ਦਿਓ ਹੂੰ ਤੇ ਨਾਲੇ ਉਹਨਾਂ ਨੇ ਕਿਹਾ ਕਿ ਜੀ ਥੋ ਤੁ ਸੋ ਨੂੰ ਇੱਥੇ ਬੂੰਦੀ ਆਇਆ ਨੂੰ 40 ਸਾਲ ਹੋ ਗਏ ਹੂੰ ਹੂੰ ਤੁਸੀਂ 52 53 ਦੇ ਇੱਥੇ ਆਏ ਆ ਤੇ ਤੁਹਾਨੂੰ ਵੱਡੇ ਵੱਡੇ ਤਾਂ ਜਾਣਦੇ ਆ ਲੇਕਿਨ ਰੁਗਰਾਜ ਸਿੰਘ ਨੂੰ ਕਾਲੀਆਂ ਚ ਵੀ ਜਾਣਦੇ ਆ ਤੇ ਕਾਂਗਰਸ ਚ ਵੀ ਜਾਣਦੇ ਹੂੰ ਹੂੰ ਉਹਨੂੰ ਨਾਲ ਲਈਏ ਹੂੰ ਮੇਰੇ ਨਾਲ ਮੇਰੇ ਫਾਦਰ ਉਦੋਂ ਰੁੱਸੇ ਹੋਏ ਸੀਗੇ ਹੂੰ ਸਾਡੇ ਭਰਾਵਾਂ ਦਾ ਤੇ ਫਾਦਰ ਦਾ ਜਾਇਦਾਦ ਦੇ ਪਿੱਛੇ ਹੀ ਉੱਥੇ ਝਗੜਾ ਹੋਇਆ ਵਾ ਸੀ ਹੂੰ ਹੂੰ ਤੇ ਉਹ ਕਹਿੰਦੇ ਵੀ ਮੈਂ ਤਾਂ ਉਹਨੂੰ ਸੱਦਣਾ ਨਹੀਂ ਤੇ ਤੂੰ ਜਾ ਕੇ ਤੇ ਗੱਲ ਕਰਿਆ ਜੇ ਉਹ ਜਾਂਦਾ ਤੇ ਲੈ ਚਲ ਹੂੰ ਅਸੀਂ ਉਹਨਾਂ ਨੇ ਮੈਨੂੰ ਕਿਹਾ ਮੈਂ ਕਿਹਾ ਜੀ ਮੈਂ ਚੱਲਦਾ ਰਹਿਣਾ ਚਲੋ ਹੂੰ ਉਦੋਂ ਬਾਦਲ ਸਰਕਾਰ ਸੀ ਜੀ ਠੀਕ ਹੈ ਅਸੀਂ ਇੱਥੇ ਆਏ ਪਹਿਲਾਂ ਪਰਮਜੀਤ ਸਿੰਘ ਨੂੰ ਮਿਲੇ ਹੂੰ ਪਰਮਜੀਤ ਸਿੰਘ ਨੇ ਤਾਂ ਹੱਥ ਖੜੇ ਕਰਤੇ ਹੂੰ ਫਿਰ ਅਸੀਂ ਗਏ ਜੀ ਜੋਰਾ ਸਿੰਘ ਕੋਲ ਹੂੰ ਮਾਨ ਮਾਨ ਕੋਲ ਜੋਰਾ ਸਿੰਘ ਜੀ ਨਾਲ ਵੀ ਸਾਡੇ ਪੁਰਾਣੇ ਫੈਮਿਲੀ ਟਰਮਸ ਹੈਗੇ ਹੂੰ ਕਿਉਂ ਇਹ ਰਾਜੀਨਾਵਾ ਕਰਾਉਣ ਦੇ ਵਿੱਚ ਜੋਰਾ ਸਿੰਘ ਜੀ ਦੇ ਤਾਇਆ ਜੀ ਦਾ ਹੀ ਹੱਥ ਹੈ ਸਾਰਾ ਹੂੰ ਨਹੀਂ ਤਾਂ ਇਹ ਕਤਲ ਹੋ ਜਾਣਾ ਸੀ ਹੂੰ ਅਗਰ 15-20 ਦਿਨ ਬੂੰਦੀ ਨਾ ਜਾਂਦੇ ਹਮ ਅਰਜਨ ਸਿੰਘ ਜੀ ਤੇ ਇਹ ਕਤਲ ਹੋਏ ਹਾਇ ਸੀਗੇ ਸਭ ਪੂਰਾ ਪਲਾਨ ਓਟੂ ਬਣ ਚੁੱਕਿਆ ਸੀ ਠੀਕ ਹੈ ਠੀਕ ਹੈ ਬੰਦੇ ਵਗੈਰਾ ਹਥਿਆਰ ਵਗੈਰਾ ਸਭ ਆ ਗਏ ਇੰਤਜ਼ਾਮ ਹੋ ਗਿਆ ਸੀ ਇੰਤਜ਼ਾਮ ਹੋ ਗਿਆ ਸੀ ਪਰ ਉਹ ਅਰਜਨ ਸਿੰਘ ਜੀ ਇਹਨਾਂ ਦਿਨਾਂ ਚ ਬਰਸਾਤਾਂ ਦੇ ਦਿਨਾਂ ਚ ਬੂੰਦੀ ਬਹਿ ਗਏ ਬੂੰਦੀ ਚ ਕੀ ਆ ਕਿ ਵੀ ਉਹਨਾਂ ਦਿਨਾਂ ਚ ਸਾਡੇ ਫਾਰਮ ਤੇ ਹੁੰਦੀ ਸੀ ਕੱਚੀ ਸੜਕ ਹਮ ਤੇ ਉਹ ਚੀਕਣੀ ਮਿੱਟੀ ਇੰਨੀ ਆ ਕਿ ਵੀ ਤੁਸੀਂ ਤੁਰ ਕੇ ਵੀ ਜਿਹੜੀ ਜੁੱਤੀ ਪਾ ਕੇ ਨਹੀਂ ਜਾ ਸਕਦੇ ਨੰਗੇ ਪੈਰ ਹੀ ਬਾਹਰ ਜੇ ਲੈਟਰਨ ਵੀ ਜਾਣਾ ਤੇ ਨੰਗੇ ਪੈਰ ਜਾਣਾ ਐਡੀ ਚੀਕਣੀ ਆ ਤੇ ਉਸ ਕਰਕੇ ਉਹ ਤਾਇਆ ਜੀ ਉਹ ਮੇਰੇ ਤਾਂ ਦਾਦਾ ਜੀ ਉਹ ਜਗਤ ਤਾਇਆ ਜੀ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਅਰਜਨ ਸਿੰਘ ਜੀ ਉਹ ਉੱਥੇ ਹੀ ਰਹੇ ਜੀ ਮਹੀਨਾ ਉਹਨਾਂ ਨੇ ਫਿਰ ਫਾਦਰ ਨੂੰ ਸਮਝਾਇਆ ਵੀ ਤੁਸੀਂ ਉੱਜੜ ਜਾਓਗੇ ਉਹ 12 ਨਿਆ ਚ ਤੁਸੀਂ ਚਵਾਨੀ ਚਗੇ ਤੂੰ ਜ ਚਵਾਨੇ ਚ ਹੁੰਦੇ ਆ ਕਿਉਂ ਮਰਦੇ ਆ ਕਿਉਂ ਮਰਦੇ ਆ ਤੂੰ ਤੇਰੇ ਨਿੱਕੇ ਨਿੱਕੇ ਬੱਚੇ ਆ ਤੇਰੇ 6 ਮੁੰਡੇ ਆ ਤੇ ਤੇਰੀ ਘਰ ਵਾਲੀ ਦੀ ਡੈਥ ਹੋਈ ਹੈ ਹੁਣੇ 67 ਚ ਤੇ ਤੂੰ ਬਦਲਾ ਲੈਣ ਨੂੰ ਫਿਰਦਾ ਤੇ ਨਵੀ ਨਵਾਂ ਵਿਆਹ ਕੀਤਾ ਬੱਚੇ ਕੌਣ ਸੰਭਾਲੂ ਤੇਰੇ ਵਾਕੇ ਐਂ ਕਰਕੇ ਉਹਨਾਂ ਨੇ ਇੱਥੋਂ ਦੀਆਂ ਕਈ ਕਹਾਣੀਆਂ ਸੁਣਾਈਆਂ ਵੀ ਜ ਰਣਜੀਤਗਾੜ ਵਾਲੇ ਛੋਡੀ ਉੱਜੜ ਗਏ ਇਹ ਉਹ ਐ ਕਹਾਣੀਆਂ ਉੱਜੜਦੇ ਆ ਜੀ ਬਹੁਤ ਲੋਕ ਉੱਜੜਦੇ ਬਹੁਤ ਉੱਜੜਦੇ ਆ ਜੀ ਕਤਲ ਦੇ ਫਿਰ ਫਾਦਰ ਨੇ ਕਿਹਾ ਵੀ ਚਲੋ ਵੀ ਓਟੂ ਚੱਲਦੇ ਫਿਰ ਉਹ ਟੂ ਆਏ ਤਾਂ ਆਇਆ ਜੀ ਨਾਲ ਗੱਲ ਕੀਤੀ ਇੱਥੇ ਵੀ ਜਿਹੜੇ ਉਹ ਬੰਦੇ ਤਿਆਰ ਕੀਤੇ ਹੋਏ ਸੀਗੇ ਦੋ ਬੰਦੇ ਉੱਥੋਂ ਹੀ ਲਿਆਂਦੇ ਸੀਗੇ ਬੂੰਦੀਆਂ ਜਿਹੜੇ ਪੰਜਾਬੀ ਉੱਥੇ ਬੈਠੇ ਸੀ ਹੂੰ ਹੂੰ ਤੇ ਇੱਥੋਂ ਵਾਲੇ ਸਾਰੇ ਇਕੱਠੇ ਕਰਕੇ ਵੀ ਸਾਰੀ ਫਿਰ ਪਹਿਲਾਂ ਮੀਟਿੰਗ ਹੋਈ ਇਹਨਾਂ ਦੀ ਹੂੰ ਹੂੰ ਮੀਟਿੰਗ ਕਰਕੇ ਤੇ ਉਹ ਫੈਸਲਾ ਹੋਇਆ ਕਿ ਵੀ ਚਲੋ ਜੀ ਰਾਜੀਨਾਮਾ ਹੀ ਕਰ ਲਓ ਠੀਕ ਹੂੰ 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 ਫਿਰ ਰਾਜੀਨਾਮਾ ਹੋਇਆ ਜੀ ਹਾਂ ਮੈਂ ਜਦੋਂ ਪਹਿਲਾਂ ਵੀਡੀਓ ਪਾਈ ਨਾ ਜੀ ਹਾਂ ਜੀ ਸਾਨੂੰ ਪਿੰਡ ਚੋਂ ਕੋਈ ਦੱਸ ਨਹੀਂ ਸਕਿਆ ਜਿਹੜੇ ਬਾਹਰ ਤਾਕਤ ਪੁਛਦੇ ਦੋ ਬੈਠੇ ਸੀ ਉਹ ਧੂਰੀਆਂ ਹੀ ਗੱਲਾਂ ਉਹਨਾਂ ਨੇ ਦਸੀਆਂ ਉਹ ਤੁਹਾਨੂੰ ਜਿਹੜੇ ਮਿਲੇ ਉਹ ਸਭ ਨਵੇਂ ਮੁੰਡੇ ਐ ਨਵੇਂ ਸੀ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਇੱਥੇ ਠਾਕਰ ਰਹੇ ਨਹੀਂਗੇ ਹਾਂ ਫਿਰ ਉਹ ਵੀਡੀਓ ਨੂੰ ਵੇਖ ਕੇ ਬੂੰਦੀ ਕੋਟਾ ਜੈਸਲਮੇਰ ਤੋਂ ਮੈਨੂੰ ਫੋਨ ਆਇਆ ਹਾਂਜੀ ਜੇ ਕਿ پڑੋਤੇ ਸੀ ਠਾਕਰਾਂ ਦੇ ਉਹ ਕਹਿੰਦੇ ਜੀ ਸਾਨੂੰ ਤਾਂ ਉਂਝ ਹੀ ਨਹੀਂ ਪਤਾ ਵੀ ਸਾਡੀ ਕੋਈ ਹਵੇਲੀ ਐ ਹਾਂ ਜੇ ਤੁਸੀਂ ਸਾਨੂੰ ਵਿਖਾਤੀ ਮੈਂ ਫਿਰ ਆਸੇ ਚ ਕਿਹਾ ਉਹਨਾਂ ਨੂੰ ਮੈਂ ਗੱਲ ਸੁਣੋ ਦਿਵਾਲੀ ਆ ਰਹੇ ਆ ਕੋਈ ਚਾਰ ਪੰਜ ਦੀਵੇ ਜਗਾਉਣ ਲਈ ਕੋਈ ਆਜੋ ਜੇ ਤੁਸੀਂ ਨਹੀਂ ਆ ਸਕਦੇ ਮੈਂ ਜਗਾ ਆਉਂਗਾ ਇਹ ਹਵੇਲੀ ਜਦੋਂ ਬਣੀ ਸੀ ਜੀ ਉਦੋਂ ਦੀਵੇ ਪਏ ਆ ਉਹ ਪਤਾ ਨਹੀਂ ਕਦੋਂ ਦੇ ਜਗੇ ਆ ਇੱਥੇ ਆਏ ਸੀ ਅੱਛਾ ਪਟਾਲਾ ਮਹਾਰਾਜ ਵੀ ਆਇਆ ਹਾਂਜੀ ਉਹਨਾਂ ਨੇ ਠਾਕੁਰ ਸੋਨ ਸਿੰਘ ਜੀ ਨੂੰ ਇੱਕ ਕਿਰਪਾਨ ਪ੍ਰੈਜ਼ੈਂਟ ਕੀਤੀ ਸੀ ਹੂੰ ਉਹ ਪੰਜਾਬੀ ਕਿਰਪਾਨ ਤੁਹਾਡੀ ਅੱਛਾ ਉਹਨਾਂ ਦੀ ਫੋਟੋ ਵੀ ਹੈਗੀ ਇੱਕ ਗਰੁੱਪ ਫੋਟੋ ਉਹਦੇ ਚ ਠਾਕਰ ਸਾਹਿਬ ਉਹ ਪਟਿਆਲੇ ਮਹਾਰਾਜੇ ਦੀ ਕਿਰਪਾਨ ਲੈ ਕੇ ਬੈਠੇ ਹਾਂ ਹੁਣ ਥੋੜਾ ਜਿਹਾ ਸਰੋਤੇ ਨੂੰ ਨਾ ਇਸ ਹਵੇਲੀ ਦਾ ਥੋੜੀ ਜਿਹੀ ਐ ਜਾਣਕਾਰੀ ਦਿਓ ਵੀ ਇਹਦੇ ਚ ਕੀ ਕੁਝ ਹੁੰਦਾ ਸੀ ਕਿੱਥੇ ਕਿੱਥੇ ਕੋਈ ਲੇਡੀਜ਼ ਦਾ ਕੋਈ ਵਿੰਗ ਹੁੰਦਾ ਸੀ ਇੱਥੇ ਬੈਠੇ ਮੈਂ ਉਧਰੋਂ ਕੈਮਰਾ ਘੁਮਾ ਦਊਗਾ ਆ ਤੁਹਾਡੀ ਜਿਹੜੀ ਆ ਹਵੇਲੀ ਨਜ਼ਰ ਆ ਰਹੀ ਹੈ ਇਹ ਇਹਦੇ ਕਿੰਨੇ ਵਿੰਗ ਸੀਗੇ ਕਿਤਵਾਈਆਂ ਕਿੰਨੇ ਹੋਏ ਉਹ ਵੀ ਪੁੱਛੋ ਇਹ ਕਹਿੰਦੇ ਇਹ ਜੀ ਮਟੀਰੀਅਲ ਦਰਵਾਜੇ ਦੇ ਅੰਦਰ ਐਂਟਰ ਕਰੀਏ ਖੱਬੇ ਪਾਸੇ ਜਨਾਨਾ ਅੱਛਾ ਪੋਰਸ਼ਨ ਹੁੰਦਾ ਸੀ ਠੀਕ ਹੈ ਤੇ ਦੋ ਡੋੜੀਆਂ ਹੁੰਦੀਆਂ ਸੀ ਇਹਦੀਆਂ ਹਾਂ ਇੱਕ ਤਾਂ ਸਾਹਮਣੇ ਦੇਸੀ ਰਹੀ ਆਪਾਂ ਨੂੰ ਹਾਂਜੀ ਹਾਂਜੀ ਇੱਕ ਉਧਰ ਸੀਗੀ ਅੱਛਾ ਅੱਛਾ ਉਹ ਡਿਗ ਪਈ ਹੈ ਹੈਨਾ ਹਾਂਜੀ ਹਾਂ ਤੇ ਦੋਵਾਂ ਦੇ ਵਿੱਚ ਜਨਾਨੀਆਂ ਬੈਠੀਆਂ ਰਹਿੰਦੀਆਂ ਸੀ ਅੱਛਾ ਆਫਿਸ ਦੇ ਪਾਸੇ ਮੈਂ ਵੇਖਿਆ ਸੀ ਵਿਹੜਾ ਅੱਡਾ ਜਿਹੜਾ ਕਿ ਪਰਦੇ ਦੇ ਵਿੱਚ ਹੈਗਾ ਸਾਰਾ ਹਾਂਜੀ ਤੇ ਦਿਨੇ ਬੰਦਾ ਅੰਦਰ ਨਹੀਂ ਜਾ ਸਕਦਾ ਸੀ ਹੂੰ ਘਰ ਵਾਲਾ ਵੀ ਨਹੀਂ ਜਾ ਸਕਦਾ ਸੀ ਹੂੰ ਰਾਤ ਨੂੰ 9 ਵਜੇ ਤੋਂ ਬਾਅਦ ਅੰਦਰ ਜਾਂਦੇ ਸੀ ਹੂੰ ਤੇ ਸਵੇਰੇ 4 ਵਜੇ ਤੋਂ ਪਹਿਲਾਂ ਬਾਹਰ ਆ ਜਾਂਦੇ ਸੀ ਅੱਛਾ ਤੇ ਬਾਹਰ ਵੀ ਇਹਨਾਂ ਦੇ ਅੱਡ-ਅੱਡ ਪੋਰਸ਼ਨ ਸੀਗੇ ਇੱਥੇ ਆਪਦੇ ਨਾਂ ਤੋਂ ਲਾਉ ਤੇ ਤਿਆਰ ਹੋ ਔਰ ਅਸੀਂ ਇੱਕ ਗੱਲ ਹੋਰ ਸੁਣਦੇ ਰਹੇ ਠਾਕੁਰ ਸਾਹਿਬ ਕਿ ਜਿਹੜੀਆਂ ਠਕਰਾਂੀਆਂ ਹੁੰਦੀਆਂ ਸੀ ਉਹ ਆਵਦੇ ਪੇਕਿਆਂ ਤੋਂ ਕੋਈ ਸਰਵੈਂਟਸ ਲੈ ਕੇ ਆਉਂਦੀਆਂ ਸੀ ਨਾਲੇ ਉਹ ਉਹ ਉਹਨਾਂ ਦੇ ਨਾਲ ਹੀ ਰਹਿੰਦੀਆਂ ਸੀ ਉਹ ਆਏ ਆ ਜੀ ਕبھی ਇੱਥੋਂ ਜਦੋਂ ਮੁੰਡਾ ਵਿਆਹਣ ਜਾਂਦਾ ਸੀ ਨਾ ਜੀ ਹਾਂ ਇਹ ਪਹਿਲਾਂ ਸਰਦਾਰਾਂ ਚ ਵੀ ਸੀ ਹਮ ਜਿਹੜੇ ਇੱਥੋਂ ਦੇ ਪੁਰਾਣੇ ਸਰਦਾਰ ਹੈ ਉਹਨਾਂ ਦੇ ਹਮ ਵੀ ਉਹ ਲੜਕੀ ਵਾਲੇ ਨੂੰ ਕਹਿ ਦਿੰਦੇ ਸੀਗੇ ਹਮ ਕ ਵੀ ਸਾਡੇ ਤਿੰਨ ਮੁੰਡੇ ਹੈਗੇ ਆ ਹਮ ਤੇ ਇਹਨਾਂ ਦੇ ਵਾਸਤੇ ਵੀ ਲੜਕੀਆਂ ਇੰਤਜ਼ਾਮ ਕਰੋ ਹਮ ਉਹ ਅੱਗੋਂ ਉਹਨਾਂ ਦੇ ਵਾਸਤੇ ਵੀ ਲੜਕੀਆਂ ਇੰਤਜ਼ਾਮ ਕਰਕੇ ਰੱਖਦੇ ਸੀ ਹੂੰ ਤੇ ਉਹਨਾਂ ਦਾ ਵਿਆਹ ਨਾਲ ਹੀ ਹੁੰਦੇ ਸੀਗੇ ਤੇ ਉਹ ਆਪਦੀ ਜਿਹੜੀ ਅ ਉਹਨਾਂ ਨੂੰ ਬਾਈਸਾ ਕਹਿੰਦੇ ਸੀ ਹੂੰ ਜਿਹੜੀ ਰਾਣੀ ਇੱਥੇ ਆਈ ਆ ਉਹਨੂੰ ਉੱਥੇ ਪੇਕਿਆਂ ਦੇ ਵਿੱਚ ਬਾਈਸਾ ਕਹਿੰਦੇ ਸੀ ਬਾਈਸਾ ਉਹ ਉਹਨਾਂ ਦੇ ਨਾਲ ਹਮੇਸ਼ਾ ਰਹਿੰਦੇ ਸੀ ਹਾਂ ਪ੍ਰੈਸ ਨਿਤਨੇਮ ਸਿੰਘ ਨੇ ਵੀ ਇੱਕ ਵਾਰੀ ਜਾਣਕਾਰੀ ਦਿੱਤੀ ਸੀ ਕਿ ਪੰਜਾਬੀ ਦੇ ਵਿੱਚ ਕਹਿੰਦੇ ਆ ਅ ਵਾਦੜੀਆਂ ਸਜਾਦੜੀਆਂ ਨਿਵਲ ਸਰਾਂ ਦੇ ਨਾਲ ਔਰ ਇਹਨਾਂ ਨੇ ਦੱਸਿਆ ਵੀ ਉਹ ਜਿਹੜੀਆਂ ਲੜਕੀਆਂ ਸੀ ਉਹ ਇੱਕ ਤਾਂ ਉਹ ਠਕਰਾਨੀ ਦੇ ਵਾਲ ਬਹਉਂਦੀ ਸੀ ਹਾਂਜੀ ਦੂਜੀ ਉਹਨੂੰ ਸਜਾਉਂਦੀ ਸੀ ਹਾਂਜੀ ਕਹਿੰਦੇ ਸੀ ਉਹਨਾਂ ਹਾਂ ਉਹ ਉਹ ਜਿੰਨਾ ਚਿਰ ਠਕਰਾਨੀ ਜਿਉਂਦੀ ਰਹਿੰਦੀ ਉਹ ਵਾਦੜੀ ਤੇ ਸਜਾਦੜੀ ਉਹਨਾਂ ਦੇ ਨਾਲ ਹੀ ਰਹਿੰਦੀ ਸਰਾਂ ਦੇ ਨਾਲ ਨਿਵਦੀ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਉਹ ਫ੍ਰੀ ਹੁੰਦੀਆਂ ਸੀ ਵੀ ਜੇ ਉਹਨਾਂ ਨੇ ਵਿਆਹ ਕਰਾਉਣਾ ਜਾਂ ਕਿਤੇ ਹੋਰ ਸੈਟਲ ਹੋਣਾ ਠਕਰਾਨੀ ਦੇ ਜਿਉਂਦਿਆਂ ਤੱਕ ਉਹ ਨਕਰਾਨੀਆਂ ਨਾਲ ਰਹਿੰਦੀਆਂ ਸੀ ਨਾਲ ਰਹਿੰਦੀਆਂ ਸੀ ਇਹ ਇਹ ਪੈਸਾ ਉਹਨੇ ਇੱਕ ਸਮਾਗਮ ਚ ਦੱਸਿਆ ਲੋਕੀ ਕਹਿਣ ਜੀ ਵਾਦੜੀਆਂ ਕੋਈ ਆਦਤਾਂ ਹੋ ਰਹਿੰਦੀਆਂ ਇਹਨਾਂ ਨੇ ਫਿਰ ਦੱਸਿਆ ਵੀ ਵਾਦੜੀ ਕੌਣ ਹੁੰਦੇ ਤੇ ਸੁਜਾਦੜੀ ਕੌਣ ਹੁੰਦੇ ਅੱਛਾ ਉਹ ਪ੍ਰੈਸਰ ਅੱਜ ਪੁਸ਼ਟੀ ਹੋ ਗਈ ਉਸ ਗੱਲ ਦੇ ਬਿਲਕੁਲ ਹਾਂਜੀ ਅੱਛਾ ਠੀਕ ਹੈ ਅੱਛਾ ਆ ਜਿਹੜਾ ਪੋਰਸ਼ਨ ਸਾਹਮਣੇ ਨਜ਼ਰ ਆ ਰਿਹਾ ਇਹ ਇਹ ਕੋਠੀ ਦੇ ਇਸ ਪਾਸੇ ਅਜਦਾ ਟਾਵਰ ਲੱਗਿਆ ਹੋਇਆ ਹੈ ਇੱਥੇ ਵੀ ਤੁਸੀਂ ਦੱਸਦੇ ਵੀ ਕੁਝ ਪਹਿਲਾਂ ਇਸ ਦੇ ਪੰਡ ਤੋਂ ਪਹਿਲਾਂ ਇੱਕ ਹੋਰ ਵੀ ਇੱਕ ਸਮਝੋ ਇੱਕ ਹਵੇਲੀ ਪਹਿਲਾਂ ਕੱਚੀ ਹੁੰਦੀ ਸੀ ਇਹ ਕੱਚੀ ਜੀ ਉਹ ਜਿਹੜੇ ਕੋਠੀਆਂ ਨਜ਼ਰ ਆ ਰਹੀਆਂ ਇਹ ਰਾਹ ਦੇ ਪਰਲੇ ਪਾਸੇ ਜੀ ਅੱਛਾ ਇਹ ਮੇਰੇ ਖਿਆਲ ਦੋ ਕਿੱਲੇਾਂ ਚ ਉਦੋਂ ਕੱਚਾ ਮਕਾਨ ਬਣਾਇਆ ਸੀ ਜੀ ਅੱਛਾ ਅੱਛਾ ਔਰ ਆ ਜਿਹੜੇ ਸਾਰੇ ਦਰਸ਼ਕੋ ਆ ਜਿਹੜੇ ਸਾਰੇ ਆ ਜਿਹੜਾ ਵਿੱਚ ਜਗ੍ਹਾ ਖਾਲੀ ਪਈ ਹੈ ਇੱਥੇ ਘੋੜੇ ਤੇ ਊਠ ਬੰਨੇ ਹੁੰਦੇ ਸੀ ਤੇ ਆ ਜਿਹੜੇ ਸਾਹਮਣੇ ਕਮਰੇ ਨਜ਼ਰ ਆ ਰਹੇ ਆ ਇਹ ਉਹਨਾਂ ਲਈ ਨੌਕਰਾਂ ਲਈ ਨੌਕਰਾਂ ਲਈ ਆ ਤੁਹਾਡੇ ਪਿੱਛੇ ਸੀਗੇ ਜੀ ਅੱਛਾ ਹਾਂਜੀ ਇੱਧਰ ਕੋਨੇ ਤੇ ਔਰ ਉਹ ਜਿਹੜੀ ਰਸੋਈ ਸੀ ਉਹ ਹਾਂ ਖਾਸਾ ਰਸੋਈ ਖਾਸਾ ਰਸੋਈ ਹਾਂਜੀ ਅੱਛਾ ਇੱਥੇ ਬਾਹਰਲੇ ਬੰਦਿਆਂ ਲਈ ਰੋਟੀ ਬਣਦੀ ਸੀ ਠੀਕ ਹੈ ਠੀਕ ਹੈ ਮੀਟ ਵੀ ਬਾਹਰ ਬਣਦਾ ਸੀ ਜੀ ਮੀਟ ਅੰਦਰ ਨਹੀਂ ਬਣਦਾ ਸੀ ਅੱਛਾ ਇਹ ਠਾਕਰ ਸਾਹਿਬ ਇਹ ਪ੍ਰੈਸ ਆਫ ਰਾਜਸਥਾਨ ਚ ਮੈਨੂੰ ਪਹਿਲੀ ਵਾਰੀ ਸੁਣਿਆ ਵੀ ਉਧਰ ਮੀਟ ਵੀ ਖਾ ਲੈਂਦੇ ਸੀ ਤੇ ਦਾਰੂ ਵੀ ਛਕ ਲੈਂਦੇ ਸੀ ਹਾਂਜੀ ਅੱਛਾ ਪਰ ਉਹ ਜਿਹੜੇ ਬੁੜੀਆਂ ਉਧਰ दारू ਪੀਂਦੀਆਂ ਜਾਂ ਬੰਦੇ ਪੀਂਦੇ ਐ ਨਹੀਂ ਪੀਂਦੇ ਜੀ ਅੱਛਾ ਉਹ ਇੱਕ ਪੈਗ ਨੂੰ 6 ਇੱਕ ਘੰਟਾ ਜਾਂ ਅੱਧਾ ਘੰਟਾ ਪੌਣਾ ਘੰਟਾ ਲਾਉਂਦੇ ਅੱਛਾ ਉਹ ਨਹੀਂ ਵੀ ਪੀ ਕੇ ਲੇਟਣ ਲੱਗ ਜਾਂਦਾ ਇੱਕ ਘੱਖ ਬੜਾ ਵਧੀਆ ਰਹਿ ਗਿਆ ਜਿਹੜਾ ਜੀ ਹਾਂ ਵੀ ਇਹ ਹਵੇਲੀ ਦੀਆਂ ਇੱਟਾਂ ਕਿੱਥੋਂ ਆਈਆਂ ਕਿੰਨਾ ਖਰਚਾ ਆਇਆ ਇਹ ਦੱਸਿਓ ਵਰਤਿਆ ਕਿਹੜੇ ਮਿਸਤਰੀ ਜੀ ਨੇ ਬਣਾਇਆ ਕਿੰਨੀ ਲੇਬਰ ਲੱਗੀ ਇਹ ਜੂਰ ਦੱਸੋ ਮਿਸਤਰੀ ਜੀ ਇੱਥੇ ਕਮਿਆਰ ਜਿਹੜੇ ਹੈਗੇ ਆ ਇਹ ਰਾਜਸਥਾਨ ਤੋਂ ਹੀ ਲਿਆਂਦੇ ਸੀ ਅੱਛਾ ਚਾਰ ਪੱਠੇ ਲਾਏ ਸੀਗੇ ਇੱਥੇ ਟੈਂਟ ਲੱਗੇ ਸਪੈਸ਼ਲ ਇਹਨਾਂ ਵਾਸਤੇ ਇਹਨਾਂ ਵਾਸਤੇ ਹੂੰ ਤੇ तकरीबन 70 ਲੱਖ ਇੱਟ ਲੱਗੀ ਹੈ ਜੀ ਇਹਦੇ ਵਿੱਚ ਹੂੰ ਤੇ ਦੇਖ ਲਓ ਜੀ ਇਹ 6 ਕਿੱਲਾਂ ਦੇ ਵਿੱਚ ਆ ਸਮਝੋ ਇਹ ਇਹਨੂੰ ਆਪਾਂ ਹਵੇਲੀ ਨਹੀਂ ਕਹਾਂਗੇ ਇਹਨੂੰ ਆਪਾਂ ਕਿਲਾ ਕਹਾਂਗੇ ਗੜ੍ਹ ਔਰ ਕਿੰਨਾ ਸਮਾਂ ਬਣਦੀ ਰਹੀ ਇਹ 9 ਸਾਲ ਕੇ 11 ਸਾਲ ਆਏ ਆ ਜੀ 9 ਸਾਲਾਂ ਚ ਕੰਪਲੀਟ ਹੋਈ ਹਾਂ ਜੀ ਉਹ ਤੋਂ ਸੀਮੈਂਟ ਤਾਂ ਅਸੀਂ ਚੂਨੇ ਨਾਲ ਸਾਰੀ ਚੂਨੇ ਨਾਲ ਹੀ ਜੀ ਕਾਰਕਰ ਲਾਇਆ ਵਾ ਅਸੀਂ ਇੱਥੇ ਹਾਂ ਇੱਥੇ ਚੂਨਾ ਬੰਦਾ ਸੀ ਉਹ ਮੈਂ ਤੁਹਾਨੂੰ ਦੱਸਦਾ ਕਿ ਵੀ 450 ਗਾਡਰ ਲੱਗਿਆ ਜੀ ਇਹਦੇ ਚ ਹੂੰ ਤੇ ਗਾਡਰ 150 ਉੱਠ ਗਿਆ ਸੀ ਕਰਾਚੀ ਕਰਾਚੀ ਤੋਂ ਤੇ ਕਰਾਚੀ ਤੋਂ ਲੈਂਦੇ ਸੀ ਅੱਛਾ ਅੱਛਾ ਤੇ ਲੱਕੜ ਆਈ ਸੀ ਲਾਹੌਰ ਤੋਂ ਔਰ ਛੱਤਾਂ ਲੱਕੜ ਦੀਆਂ ਹਾਂਜੀ ਤੇ ਆ ਹੁਣ ਗਲ ਗਈਆਂ ਉਵੇਂ ਸਦੂਕੀ ਛੱਤ ਵੱਜਦੀ ਸੀ ਤੇ 1000 ਛੇਤੀ ਲਾਹੌਰ ਤੋਂ ਲਿਆਂਦੀ ਸੀ 1000 ਛੇਤੀ ਹਾਂਜੀ ਇਹ ਵੀ ਉਠਾਂ ਤੇ ਹੀ ਆਈ ਸੀ ਉਠਾਂ ਤੇ ਆਈ ਹਾਂਜੀ ਤੇ ਖਰਚਾ ਤਕਰੀਬਨ ਕਿੰਨਾ ਕਾ ਗਿਆ ਹੋਊਗਾ ਖਰਚੇ ਦਾ ਮੈਨੂੰ ਦੱਸਿਆ ਤਾਂ ਸੀਗਾ ਉਹ ਸਾਡੇ ਇੱਕ ਨਾਈ ਹੁੰਦਾ ਸੀ ਬਨਵਾਰੀ ਲਾਲ ਹਮ ਮਨੀਮ ਤੇ ਉਹ ਦਿਮਾਗ ਚੋਂ ਨਿਕਲ ਗਿਆ ਅਚਾ ਲੱਖ ਦੇ ਅੰਦਰ ਬਾਹਰ ਹੀ ਹੈ ਜੀ ਅਚਾ ਲੱਖ ਰੁਪਏ ਦੇ ਨੇੜੇ ਹਾਂਜੀ ਭਾਈ ਸਾਹਿਬ ਲੱਖ ਦੇ ਤੁਸੀਂ ਅੰਦਾਜ਼ਾ ਲਾ ਲਓ ਜਦੋਂ ਮੈਂ 70 ਠਾਕੁਰ ਸਾਹਿਬ 70 ਸਾਲ ਚੰਡੀਗੜ੍ਹ ਪੜਦਾ ਸੀ 5 ਰੁਪਈਆ ਚ 3 ਲੀਟਰ ਪੈਟਰੋਲ ਪਾਉਂਦਾ ਸੀ ਮੈਂ ਮੋਟਰਸਾਈਕਲ 'ਚ 5 ਰੁਪਏ ਦੇਣੇ ਤੇ 3 ਲੀਟਰ ਪਾ ਦੇਣੇ 100 ਰੁਪਏ ਜਸਟ ਜਮੀਨ ਆ ਜਾਂਦੀ ਸੀ ਹਾਂ 100 ਰੁਪਏ ਦਾ ਕਿੱਲਾ ਜਮੀਨ ਆ ਜਾਂਦੀ ਤੇ ਫਿਰ ਆਪੇ ਅੰਦਾਜ਼ਾ ਲਾ ਲਓ ਵੀ ਲੱਖ ਦੀ ਕਿ ਕੀ ਪੋਜੀਸ਼ਨ ਸੀ ਬਹੁਤ ਅੱਛਾ ਇਹਦੀ ਕੋਈ ਛੱਤ ਹੈ ਜੀ ਸਾਰੇ ਮਕਾਨ ਦੀ ਅੱਛਾ ਮਤਲਬ ਜੇ ਤੁਸੀਂ ਇੱਥੋਂ ਰਵਾਨਾ ਹੋ ਨਾ ਹੂੰ ਤੇ ਆ ਅੰਦਰੇ ਅੰਦਰੇ ਆ ਜਿਹੜੇ ਦੋ ਜੰਗਲੇ ਹੈਗੇ ਉੱਤੇ ਹਾਂ ਇਹਦੇ ਵਿੱਚ ਦੀ ਹੁੰਦੇ ਹੋਏ ਐਂ ਦੀ ਹਾਂ ਤੇ ਆ ਢਾਤੇ ਸਾਰੇ ਅੱਛਾ ਤੇ ਇਹਦੀ ਛੱਤ ਦੇ ਉੱਤੋਂ ਦੀ ਢੇੜਾ ਕੱਢ ਕੇ ਵਾਪਸ ਇੱਥੇ ਆ ਪਟਿਆੜੀ ਆਲੇ ਰਾਜੇ ਤੋਂ ਬਿਨਾ ਹਾਂਜੀ ਇੱਥੇ ਜੀਂਦੜਾ ਰਾਜਾ ਵੀ ਹੋਇਆ ਨਾਬੇ ਵਾਲਾ ਵੀ ਆ ਜੀ ਫਰੀਦਕੋਟ ਵਾਲੇ ਵੀ ਆਏ ਜੀ ਰਾਜਾ ਵੀ ਹੋਇਆ ਕੌਣ ਕੌਣ ਆਏ ਇੱਕ ਫਰੀਦਕੋਟ ਵਾਲੇ ਆਏ ਇੱਕ ਜੋਧਪੁਰ ਵਾਲੇ ਆਏ ਜੋਧਪੁਰ ਵਾਲੇ ਵੀ ਆਏ ਹਾਂਜੀ ਮੈਂ ਤੁਹਾਨੂੰ ਹੁਣ 2 ਮਿੰਟ ਦਾ ਆਰਾਮ ਦੇ ਕੇ ਅੱਜ ਜਿਹੜੇ ਬੱਚੇ ਵੇਖਣ ਆਏ ਵੇ ਇਹਨਾਂ ਨਾਲ ਗੱਲਬਾਤ ਕਰਾਂ ਆ ਕਰ ਲਾਂ ਹਾਂ ਕਰਕੇ ਹਾਂ ਇਹ ਕਿਵੇਂ ਲੱਗ ਰਹੀ ਫਿਰ ਇਹ ਹਵੇਲੀ ਵਧੀਆ ਜੀ ਕਾਫੀ ਵਧੀਆ ਲੱਗ ਰਹੀ ਹੈ 2 ਸਾਲ ਪਹਿਲਾਂ ਫੇਸਬੁੱਕ ਤੇ ਦੇਖੀ ਸੀਗੀ ਉਹ ਉਹ ਮੈਂ ਹੀ ਇਹਦੀ ਰਿਕਾਰਡਿੰਗ ਪਾਈ ਸੀ ਹਾਂਜੀ ਹਾਂਜੀ ਉਹ ਟਾਈਮ ਕੱਢ ਕੇ ਫਿਰ 2 ਸਾਲ 2.5 ਲੱਖ ਲੋਕਾਂ ਨੇ ਵੇਖੀ ਸੀ ਸਰ ਸਾਡੀ ਹਿਸਟਰੀ ਹੈ ਸਾਡੀ ਵਿਰਾਸਤ ਹੈ ਹਾਂ ਔਰ ਇਹਨੂੰ ਇਹਨੂੰ ਨਾ ਸੰਭਾਲਣ ਦੀ ਲੋੜ ਹੈ ਬਹੁਤ ਜ਼ਰੂਰਤ ਹੈ ਜੀ ਇਹ ਇਹ ਗੁੰਮਨਾਮ ਪੰਨਿਆਂ ਦੇ ਵਿੱਚ ਚਲੀ ਜਾਊਗੀ ਜੇ ਅਸੀਂ ਨਹੀਂ ਸੰਭਾਲਾਂਗੇ ਤਾਂ ਇਹ ਤੁਸੀਂ ਮੈਂ ਸਮਝਦਾ ਵੀ ਤੁਹਾਡੀ ਪੀੜ੍ਹੀ ਨੂੰ ਮੈਂ ਐਪਰੀਸ਼ੀਏਟ ਕਰਦਾ ਵੀ ਤੁਸੀਂ ਕੁਝ ਇਹਦੇ ਵਿੱਚ ਦਿਲਚਸਪੀ ਲੈ ਕੇ ਇਹਨੂੰ ਵੇਖਣ ਆਏ ਨਹੀਂ ਹੋਰ ਵੀ ਨੌਜਵਾਨ ਹਜ਼ਾਰਾਂ ਲੱਖਾਂ ਹੈਗੇ ਤੇ ਉਹਨਾਂ ਨੇ ਕਦੇ ਸੋਚਿਆ ਨਹੀਂ ਹੋਣਾ ਵੀ ਹਵੇਲੀ ਵੇਖ ਕੇ ਆਈਏ ਸੋ ਬਹੁਤ ਵਧੀਆ ਗੱਲ ਹੈ ਤੇ ਇਹ ਇਹ ਸਾਡਾ ਟਾਈਮ ਤਾਂ ਲੰਘ ਗਿਆ ਇਹ ਅਸਲ ਚ ਤੁਹਾਡੇ ਤੁਹਾਡੇ ਸਮੇਂ ਆਸਤੇ ਇਹ ਚੀਜ਼ ਹੈਗੀ ਸੋ ਜਿਵੇਂ ਠਾਕੁਰ ਸਾਹਿਬ ਦੱਸ ਰਹੇ ਵੀ ਸਾਡਾ ਯਤਨ ਹੋਊਗਾ ਵੀ ਅਸੀਂ ਇਹਨੂੰ ਸੰਭਾਲ ਗਏ ਅਸੀਂ ਇਹਨੂੰ ਆਹ ਦੇਖ ਨਹੀਂ ਦਿੱਤੀ ਜਾ ਸਕਦੀ ਮਿਸਤਰੀ ਹੀ ਨਹੀਂ ਤੇ ਫਿਰ ਵੀ ਇਹਦਾ ਮੂੰਹ ਮੱਥਾ ਸਵਾਰਨ ਲਈ ਯਤਨਸ਼ੀਲ ਤੇ ਪ੍ਰੈਜ਼ੀਡੈਂਟ ਨਿਤਨੇਮ ਸਿੰਘ ਜੀ ਨੇ ਪੇਸ਼ਕਸ਼ ਕੀਤੀ ਹੈ ਕਿ ਦੀ ਸਾਰੇ ਪਲਾਂਟੇਸ਼ਨ ਇਹਦਾ ਜਿਹੜਾ ਮੈਪ ਹੈ ਉਹ ਅਸੀਂ ਤਿਆਰ ਕਰਾਂਗੇ ਹਾਂਜੀ ਹਮੀਰ ਸਿੰਘ ਦਾ ਕਤਲ ਹੋ ਗਿਆ ਸੀ ਹਾਂਜੀ ਅਮੀਰ ਸਿੰਘ ਤੇ ਜਸਵੀਰ ਸਿੰਘ ਤੇ ਹਮੀਰ ਸਿੰਘ ਤੇ ਜਸਵੀਰ ਸਿੰਘ ਤੇ ਨਰਪਤ ਸਿੰਘ ਇਹ ਲੱਗ ਸੀ ਤੇ ਭਰਾ ਇਹ ਅਰਜਨ ਸਿੰਘ ਮੰਗਲ ਸਿੰਘ ਤੇ ਅਮੀਰ ਸਿੰਘ ਤੇ ਇਹ ਚਾਰ ਭਰਾ ਮਾਧੁਰ ਸਿੰਘ ਹਾਂਜੀ ਅੱਗੇ ਆ ਗਿਆ ਸੋਨੇ ਆਪਣਾ ਹਮੀਰ ਸਿੰਘ ਤੋਂ ਹਾਂਜੀ ਠਾਕਾ ਸਾਹਿਬ ਹੁਣ ਤੁਸੀਂ ਅ ਇਸ ਵੇਲੇ ਕਿੱਥੇ ਰਹਿائش ਕਰਦੇ ਹੋ ਮੈਂ ਬੂੰਦੀ ਹੈਗਾ ਜੀ ਅੱਛਾ ਹਾਂਜੀ ਬਹੁਤ ਅੱਛਾ ਔਰ ਸਾਨੂੰ ਪਤਾ ਲੱਗਿਆ ਸੀ ਪਿਛਲੇ ਹਫਤੇ ਅਸੀਂ ਆਏ ਸੀ ਵੀ ਤੁਸੀਂ ਆਓਗੇ ਹਾਂਜੀ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਕੇ ਗਏ ਸੀ ਵੀ ਜਦੋਂ ਆਉਣ ਸਾਨੂੰ ਜਰੂਰ ਮਿਲਣ ਦੇ ਪ੍ਰਸਾਉ ਨਾਲ ਥੋੜਾ ਸੰਪਰਕ ਪਹਿਲਾਂ ਵੀ ਸੀਗਾ ਸ਼ਾਇਦ ਆਪਣੀ ਵੀ ਗੱਲ ਪਹਿਲਾਂ ਹੋਈ ਹੋਵੇ ਹੋਈ ਹੈ ਜੀ ਹੁਣ ਮੈਨੂੰ ਉਹ ਯਾਦ ਨਹੀਂ ਸੀ ਉਹ ਤੁਸੀਂ ਪਹਿਲੀ ਵੀਡੀਓ ਪਾਈ ਸੀ ਨਾ ਹਾਂ ਉਦੋਂ ਗੱਲ ਹੋਈ ਸੀ ਤੁਹਾਡੇ ਨਾਲ ਹਾਂ 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 ਤੇ ਮੈਂ ਨੰਬਰ ਨਹੀਂ ਲੈ ਸਕਿਆ ਮੈਨੂੰ ਨੰਬਰ ਦਿੱਤਾ ਨਸੀਬ ਬਰਾੜ ਨੇ ਆਪਣੇ ਅੱਛਾ ਮੋਠਾ ਵਾਲੀ ਵਾਲੇ ਨੇ ਅੱਛਾ ਅੱਛਾ ਕਦੇ ਮੈਂ ਕਿਹਾ ਯਾਰ ਉਹਨਾਂ ਦਾ ਨੰਬਰ ਹੈ ਨਹੀਂ ਮੇਰੇ ਕੋਲ ਸੋ ਸੋ ਠਾਕੁਰ ਸਾਹਿਬ ਆਏ ਆ ਵੀ ਇਹ ਥੋੜੀ ਜਿਹੜੀ ਪੀੜ੍ਹੀ ਆ ਹਾਂ ਜੀ ਮੈਨੂੰ ਸਮਝਦਾ ਉਹ ਇਸ ਹਵੇਲੀ ਨੂੰ ਸੰਭਾਲ ਸਕਦੇ ਆ ਜਿਹੜੇ ਬੱਚੇ ਆ ਨੌਜਵਾਨ ਹੁਣ ਜਿਨ੍ਹਾਂ ਨੇ ਵੇਖਿਆ ਹੀ ਨਹੀਂ ਜਿਨ੍ਹਾਂ ਨੂੰ ਦਾ ਇਤਿਹਾਸ ਪਤਾ ਨਹੀਂ ਉਹਨਾਂ ਨੂੰ ਇਹਦੀ ਇੰਪੋਰਟੈਂਸ ਦਾ ਵੀ ਪਤਾ ਨਹੀਂ ਹੋਊਗਾ ਔਰ ਹੁਣ ਥੋੜੇ ਰਾਈ ਪਤਾ ਲੱਗੂਗੀ ਔਰ ਸਾਡੀ ਮਤਲਬ ਤੌਰ ਪੰਜਾਬੀ ਹਾਂਜੀ ਜਾਂ ਇੰਡੀਅਨਸ ਹੋਣ ਦੇ ਸਾਡੀ ਇਹ ਰਿਕੁਐਸਟ ਹੈ ਵੀ ਇਹਨੂੰ ਹੁਣ ਸੰਭਾਲਿਆ ਜਾਵੇ ਇਹਨੂੰ ਹੁਣ ਆਪਾਂ ਡਿੱਗਣ ਨਾ ਦਈਏ ਇਨੂੰ ਕਿਵੇਂ ਨਾ ਕਿਵੇਂ ਜਿਵੇਂ ਆਪਾਂ ਨੂੰ ਇਹਦਾ ਪੈਚ ਵਰਕ ਜ਼ਰੂਰ ਹੋ ਜਾਏ 2 2002 ਦੇ ਵਿੱਚ ਫਾਦਰ ਨੇ ਇਹਦਾ ਸਾਰਾ ਐਸਟੀਮੇਟ ਲਿਆ ਸੀ ਜੀ ਇੱਥੋਂ ਲੈ ਕੇ ਤੇ ਉੱਥੇ ਤੱਕ ਅੱਛਾ ਕਦੀ ਇਹਦੀਆਂ ਛੱਤਾਂ ਆਪਾਂ ਬਦਲ ਦਈਏ ਇਹ ਉੱਥੇ ਥੋੜੀ ਜਿਹੀ ਇੱਕ ਤਾਂ ਬਦਲੀ ਵੀ ਹੈ ਮੈਂ ਵੇਖ ਕੇ ਉਹਦੇ ਪਾਸੇ ਨਹੀਂ ਉਹ ਡਾਟ ਲਾਈ ਹੈ ਡਾਟ ਲਾਈ ਹੈ ਉਹ ਕਿੱਥੇ-ਕੱਥੇ ਤੇ ਮੋਰਾ ਸੀਗਾ ਨਹੀਂ ਉਹਦੀ ਮਿਆਦ ਨਹੀਂ ਗਈ ਜੀ ਅੱਛਾ ਹਾਂ ਉਹ ਐਂ ਕਦੀ ਨਾਲ ਐਂਟਰ ਦੀ ਮਿਆਦ ਇੱਥੇ ਪੰਜਾਬ ਦੇ ਵਿੱਚ ਹਾਂ ਸਾਡੇ ਉਧਰ ਸਿਲਾ ਨਿਕਲਦੀਆਂ ਪੱਥਰ ਦੀਆਂ ਠੀਕ ਹੈ ਠੀਕ ਹੈ ਤੇ ਉਹਦਾ ਐਸਟੀਮੇਟ ਲਿਆ ਸੀਗਾ ਇਹਦਾ ਦੋ ਟਰੱਕ ਦਾ ਬਣਿਆ ਸੀ 6000 ਫੁੱਟ ਹਾਂ ਹਾਂ 6 ਜਾਂ 7000 ਫੁੱਟ ਤੇ ਉਹ 3000 ਦੇ ਵਿੱਚ ਫਾਦਰ ਦੀ ਡੈਥ ਹੋ ਗਈ ਹਾਂ ਉਹ ਫਿਰ ਆਈਡੀਆ ਡਰਾਪ ਹੋ ਗਿਆ ਹਾਂ ਲਓ ਹੁਣ ਜਿੱਥੋਂ ਇੱਕ ਲੜੀ ਟੁੱਟੀ ਸੀ ਉਹ ਤਾਂ ਤੁਸੀਂ ਸਾਂਭ ਲਓ ਆ ਹੁਣ ਮੈਂ ਉਹਨੂੰ ਕਰੋ ਇਹਦੀਆਂ ਛੱਤਾਂ ਮੇਰੀ ਹੈਗੀ ਐ ਸਲਾ ਮੇਰੇ ਆਪ ਦੀ ਵੀ ਮਾਇਨ ਹੈਗੀ ਉੱਥੇ ਹਾਂ ਤੇ ਆ ਕਰੋਨਾ ਕਰਕੇ ਬੰਦ ਐ ਹੁਣੇ ਜੀ ਹਾਂ ਹਾਂ ਤੇ ਔਰ ਜਿਹੜੀਆਂ ਲੱਕੜ ਦੀਆਂ ਗੱਲਗੀਆਂ ਉਹ ਵੀ ਟਾ ਕੇ ਬਣਾਉਣੀਆਂ ਪੈਣਗੀਆਂ ਔਰ ਡਿੱਗ ਰਹੀਆਂ ਹੁਣ ਉਹ ਇਥਾਂ ਉਹਨਾਂ ਦੀ ਥਾਂ ਤੇ ਸਿਲ ਪੈ ਜੂਗੀ ਹਾਂ ਮੋਰੇ ਹੋ ਚੁੱਕੇ ਉਹ ਫੇਰ ਹਜ਼ਾਰ ਸਾਲ ਨਹੀਂ ਮਰਦੀ ਸੈ ਤਾਂ ਸੰਦਾਂ ਭਾਵੇਂ ਟੈ ਜਾਣਾ ਸਾਡਾ ਜਿਹੜਾ ਰੇਡੀਓ ਹੈ ਹਾਂਜੀ ਸਾਡੇ ਰੇਡੀਓ ਵੱਲੋਂ ਚੰਨ ਪ੍ਰਦੇਸੀ ਵੱਲੋਂ ਹਾਂਜੀ ਜਿਹੜਾ ਕਿ ਤਕਰੀਬਨ 120 22 ਦੇਸ਼ਾਂ ਦੇ ਵਿੱਚ ਸੁਣਿਆ ਜਾਂਦਾ ਹਾਂਜੀ ਉਹ ਅੱਜ ਤੁਹਾਡਾ ਜਿਹੜਾ ਮੈਸੇਜ ਹੈ ਉਹ ਬਹੁਤ ਦੂਰ ਦੂਰ ਤੱਕ ਜਾਊਗਾ ਥੈਂਕ ਯੂ ਤੇ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਜਿਹੜੇ ਤੁਸੀਂ ਇਸ ਨੂੰ ਸੰਭਾਲਣ ਦੇ ਤੁਸੀਂ ਤਹੱਈਆ ਕੀਤਾ ਹੋਇਆ ਤੇ ਪ੍ਰਮਾਤਮਾ ਕਰੇ ਤੁਹਾਨੂੰ ਦੀਰਗ ஆயੂ ਮਿਲੇ ਤਾਨੂੰ ਸਰੀਰਕ ਸ਼ਕਤੀ ਮਿਲੇ ਤੇ ਮੈਂ ਅਤੇ ਪ੍ਰੋਫੈਸਰ ਨਤਨੇਮ ਸਿੰਘ ਜੀ ਅਸੀਂ ਵੀ ਜਥਾ ਸ਼ਕਤੀ ਤੁਹਾਡੇ ਨਾਲ ਆ ਸਾਡੀਆਂ ਸੁਭਾਵਾਂ ਸਾਡੇ ਸਰੀਰਕ ਸ਼ਕਤੇ ਤੇ ਪੈਸਾ ਤਾਂ ਸਾਡੇ ਕੋਲ ਹੈ ਨਹੀਂ ਸਿਰਫ ਅਸੀਂ ਅਸੀਂ ਦੇਖਭਾਲ ਕਰ ਸਕਦੇ ਹਾਂ ਪੈਸੇ ਦੀ ਲੋੜ ਹੋਈ ਆਪਣੇ ਕੋਲ ਐਨਆਰਆਈ ਬਠੇ ਦੇ ਬੈਠੇ ਆ ਹਾਂਜੀ 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 ਸੋ ਉਮੀਦ ਹੈ ਉਮੀਦ ਹੈ ਵੀ ਸਾਡੀ ਵਿਰਾਸਤ ਸੰਭਾਲੀ ਜਾਏ ਮਹਾਰਾਜ ਕੱਲੂਗਾ ਜੀ ਆਪੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਇਹ ਵੀ ਯਾਦ ਹੋਈ ਨਾ ਬਣਦੀ ਆਪਣੇ ਆਪ ਆ ਜੂਗਾ ਜੀ ਪੈਸਾ ਬਹੁਤ ਬਹੁਤ ਧੰਨਵਾਦ ਜੀ 320 ਲੱਖ ਰੁਪਇਆ